ਜੀ ਅਸਲਾਮ ਅਲੈਕੁਮ ਹਜ਼ਰਤ ਮੀਰਾ ਗੌਸ ਪਾਕ ਸਰਕਾਰ ਗਿਆਰਵੀਂ ਵਾਲੀ ਦੇ ਸਰਕਾਰ ਗੌਸ ਪਾਕ ਸਰਕਾਰ ਐਸੀ ਹਸਤੀ ਹੋਈ ਹੈ ਜਿਨ੍ਹਾਂ ਨੇ ਇਬਾਦਤ ਹੀ ਕੀਤੀ ਹੈ ਬਸ ਗੌਸ ਪਾਕ ਸਰਕਾਰ ਦਾ ਅਸਲੀ ਨਾਂ ਹਜ਼ਰਤ ਅਬਦੁਲ ਕਾਦਰ ਜਲਾਨੀ ਰਹਿਮਤੁੱਲਾ ਅਲੈ ਅਤੇ ਇਹਨਾਂ ਦਾ ਵਾਕਿਆ ਵੀ ਤੁਹਾਨੂੰ ਇੱਕ ਮੈਂ ਸੁਣਾਵਾਂਗਾ ਸੋ ਸਭ ਤੋਂ ਪਹਿਲਾਂ ਅੱਜ ਇਸ ਦਰਬਾਰ ਦੇ ਉੱਤੇ ਇਹ ਜਿਹੜਾ ਦਰਬਾਰ ਹੈ ਸਾਰੇ ਦਰਬਾਰ ਬਹੁਤ ਵਧੀਆ ਨੇ ਅਸੀਂ ਸਾਰੇ ਦਰਬਾਰਾਂ 'ਤੇ ਜਾਂਦੇ ਹਾਂ ਲੇਕਿਨ ਕੋਈ ਐਸਾ ਦਰਬਾਰ ਹੁੰਦਾ ਜਾਂ ਕੋਈ ਐਸੇ ਫਕੀਰ ਹੁੰਦੇ ਨੇ ਜਿਹੜੇ ਤੁਹਾਡੇ ਦਿਲ ਨੂੰ ਲੱਗਦੇ ਨੇ ਤੁਸੀਂ ਉਹਨਾਂ ਦੇ ਦਿਲ ਦੇ ਵਿੱਚ ਉਤਰੇ ਹੁੰਦੇ ਹੋ ਅਤੇ ਉਹ ਤੁਹਾਡੇ ਦਿਲ ਦੇ ਵਿੱਚ ਉਤਰੇ ਹੁੰਦੇ ਨੇ ਅਤੇ ਮੈਂ ਜਦੋਂ ਸਰਕਾਰ ਨੂੰ ਮਿਲਿਆ ਮੈਨੂੰ ਨਹੀਂ ਸੀ ਪਤਾ ਵੀ ਸਾਡੇ ਪਿੰਡ ਤੋਂ ਨੇ ਜਦੋਂ ਮੈਂ ਇਹਨਾਂ ਦੇ ਦਰਸ਼ਨ ਕੀਤੇ ਮੈਨੂੰ ਹਾਲੇ ਵੀ ਚੇਤਾ ਗੱਬੇ ਕੰਧ ਸੀਗੀ ਸਰਕਾਰ ਗੱਬੇ ਕੰਧ ਸੀਗੀ ਜੀ ਇੱਧਰਲੇ ਪਾਸੇ ਖੜ੍ਹੇ ਸੀਗੇ ਇੱਧਰਲੇ ਪਾਸੇ ਬਾਹਰ ਮੈਂ ਖੜ੍ਹਾ ਸੀ ਕਿਉਂ ਕਿਉਂਕਿ ਇੱਥੇ ਮਰਿਆਦਾ ਮੈਨੂੰ ਨਹੀਂ ਸੀ ਪਤਾ ਵੀ ਤਾਂ ਨਹੀਂ ਜਾਈਦਾ ਮੈਂ ਚਿਕਨ ਖਾਧਾ ਹੋਇਆ ਸੀਗਾ ਅਤੇ ਮੈਂ ਚਲਾ ਗਿਆ ਉਹ ਕਹਿੰਦੇ ਵੀ ਤੁਸੀਂ ਚਿਕਨ ਤਾਂ ਨਹੀਂ ਖਾਧਾ ਜਾਂ ਕੋਈ ਨਸ਼ਾ ਤਾਂ ਨਹੀਂ ਕੀਤਾ ਜਾਂ ਕੁਛ ਵੀ ਅਤੇ ਮੈਂ ਕਿਹਾ ਜੀ ਮੈਂ ਚਿਕਨ ਖਾਧਾ ਹੋਇਆ ਮੁੰਡੇ ਸਾਰੇ ਮੇਰੇ ਨਾਲ ਫੋਟੋਆਂ ਖਿਚਾਉਣ ਗਏ ਜਦੋਂ ਮੈਂ ਦਰਬਾਰ 'ਤੇ ਗਿਆ ਸਾਰੇ ਮੁੰਡੇ ਫੋਟੋਆਂ ਖਿਚਾਉਣ ਗਏ ਜਦੋਂ ਮੈਨੂੰ ਪਤਾ ਲੱਗਾ ਗੱਲ ਪੂਰੀ ਹੋ ਲੈਂਦੇ ਲਵ ਯੂ ਮੇਰਾ ਭਰਾ ਲਵ ਯੂ ਲਵ ਯੂ ਉਹ ਗੱਲ ਤਾਂ ਪੂਰੀ ਹੋ ਲੈਂਦੇ ਉਹ ਤੇਰੀ ਚਾਬੀ ਕਿੱਥੇ ਹੈ ਬਸ ਕਰ ਗੱਲ ਪੂਰੀ ਹੋ ਲੈਂਦੀ ਬੜੀ ਇੰਪੋਰਟੈਂਟ ਗੱਲ ਹੈ ਸੁਣ ਸੁਣ ਮੇਰਾ ਜੀ ਕੀ ਕਹਿ ਰਿਹਾ ਸੀਗਾ ਮੈਂ ਹਾਂ ਇੱਕ ਤਾਂ ਭੁਲਾ ਦਿੰਦੇ ਨੱਜ ਹੋਣਾ ਨਾ ਹੋਵੇ ਅਤੇ ਪਹਿਲਾਂ ਮੁੰਡੇ ਮੇਰੇ ਨਾਲ ਫੋਟੋਆਂ ਖਿਚਾਉਣ ਡਿਆ ਸਾਰੇ ਬਹੁਤ ਵਧੀਆ ਓਕੇ ਰਿਪੋਰਟ ਸਾਰਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਚਿਕਨ ਖਾਧਾ ਹੋਇਆ ਕਹਿੰਦੇ ਭਾਅ ਜੀ ਮੈਂ ਅੰਦਰ ਜਾਣ ਲੱਗਾ ਭਾਅ ਜੀ ਤੁਸੀਂ ਅੰਦਰ ਐਂਟਰ ਨਹੀਂ ਕਰ ਸਕਦੇ ਇਹ ਦਰਬਾਰ ਹੈ ਉਹ ਇਮਾਨਦਾਰ ਦਰਬਾਰ ਹੈ ਇਹ ਕਹਿੰਦੇ ਭਾਅ ਜੀ ਅਸੀਂ ਲੱਖ ਤੁਹਾਡੇ ਨਾਲ ਫੋਟੋਆਂ ਖਿਚਾ ਲਈਆਂ ਤੁਹਾਨੂੰ ਬਹੁਤ ਪਿਆਰ ਕਰਦੇ ਅਸੀਂ ਤੁਹਾਡੇ ਬਹੁਤ ਫੈਨ ਹਾਂ ਪਰ ਜੋ ਦਰਬਾਰ ਦੀ ਮਰਿਆਦਾ ਉਹਦੀ ਉਲੰਘਣਾ ਨਹੀਂ ਅਸੀਂ ਕਰ ਸਕਦੇ ਭਾਅ ਜੀ ਤੁਸੀਂ ਇੱਥੇ ਹੀ ਖੜ੍ਹੇ ਹੋਵੋ ਹਾਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਵੀ ਸਰਕਾਰ ਵੀ ਤੁਸੀਂ ਆ ਕੇ ਦਰਸ਼ਨ ਦੇ ਦਿਓ ਉਹ ਆਏ ਆ ਤੁਹਾਨੂੰ ਮਿਲਣ ਵਾਸਤੇ ਆਏ ਆ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਫਿਰ ਸਰਕਾਰ ਆਏ ਅਤੇ ਇਹਨਾਂ ਨੂੰ ਕੋਈ ਨਹੀਂ ਸਮਝਦਾ ਜਿੱਦਾਂ ਇਹ ਆਪਣੇ ਅੰਦਰੂਨੀ ਭਾਸ਼ਾ ਦੇ ਨਾਲ ਗੱਲ ਕਰਦੇ ਆ ਕੋਈ ਨਹੀਂ ਸਮਝਦਾ ਉਹ ਪਤਾ ਨਹੀਂ ਅੱਲਾ ਨੇ ਕੀ ਉਦੋਂ ਟਾਈਮ ਲੈ ਕੇ ਆਉਂਦਾ ਜਿੱਦਾਂ ਜਿੱਦਾਂ ਗੱਲਾਂ ਕਰੀ ਜਾਣ ਮੂੰਹ ਨਹੀਂ ਖੋਲ੍ਹਦੇ ਅੰਦਰ ਹੀ ਬੋਲਦੇ ਨੇ ਅੰਦਰ ਹੀ ਬੋਲਦੇ ਆ ਹਮਸਰ ਭਾਈ ਮੂੰਹ ਨਹੀਂ ਖੋਲ੍ਹਦੇ ਅੰਦਰ ਹੀ ਬੋਲਦੇ ਆ ਅਤੇ ਉਹ ਸਮਝਣ ਵਾਲੇ ਉਹ ਸਮਝਦੇ ਆ ਵੀ ਜਿਹੜੇ ਨਾਲ ਰਹਿੰਦੇ ਆ ਚੁਣਿੰਦਾ ਬੰਦੇ ਉਹ ਸਮਝਦੇ ਆ ਲੇਕਿਨ ਮੈਂ ਪਹਿਲੀ ਵਾਰੀ ਮਿਲਿਆ ਜੋ ਜੋ ਮੈਨੂੰ ਇਹਨਾਂ ਨੇ ਸਵਾਲ ਕੀਤਾ ਜਾਂ ਜੋ ਜੋ ਇਹਨਾਂ ਨੇ ਮੈਨੂੰ ਦੱਸਿਆ ਜਾਂ ਜੋ ਜੋ ਮੈਨੂੰ ਪੁੱਛਿਆ ਮੈਨੂੰ ਸਾਰਾ ਕੁਛ ਏ ਟੂ ਜ਼ੈਡ ਪਤਾ ਲੱਗਾ ਸਰਕਾਰ ਮੂਹਰੇ ਬੈਠੇ ਨੇ ਮੈਂ ਝੂਠ ਨਹੀਂ ਮਾਰਦਾ
ਪਤਾ ਨਹੀਂ ਕੀ ਉਹ ਅੱਲਾਹ ਦਾ ਕਰਮ ਆ। ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਅਸੀਂ ਬੱਚੇ ਹਾਂ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਅਸੀਂ ਉਮਤੀ ਹਾਂ ਸਾਰੇ। ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ, ਉਹ ਜਿੱਦਾਂ ਬੋਲੀ ਜਾਣ ਤਾਂ ਮੈਨੂੰ ਪਤਾ ਲੱਗੀ ਜਾਵੇ ਅਤੇ ਮੈਂ ਉਹਨਾਂ ਦੇ ਆਂਸਰ ਦੇਈ ਜਾਵਾਂ। ਅਤੇ ਉਹ ਸਾਰੇ ਦੇਖਣ ਕਹਿੰਦੇ ਵੀ ਯਾਰ ਸਰਕਾਰ ਦਾ ਤਾਂ ਪਤਾ ਨਹੀਂ ਲੱਗਦਾ ਕਿਸੇ ਨੂੰ ਬੋਲਦੇ ਜਦੋਂ। ਅਤੇ ਮੈਂ ਕਿਹਾ ਇਹ ਅੱਲਾਹ ਦਾ ਖਾਸ ਕਰਮ ਆ, ਇਹ ਮੈਨੂੰ ਪਿਆਰ ਕਰਦੇ ਨੇ ਅਤੇ ਇਹ ਮੈਨੂੰ ਸਮਝਾ ਦੇ, ਆਪਣੀ ਭਾਸ਼ਾ ਦੇ ਵਿੱਚ ਸਮਝਾ ਰਹੇ ਆ ਅਤੇ ਮੈਂ ਹੱਥ ਜੋੜ ਕੇ ਇਹਨਾਂ ਦੀ ਮੈਂ ਸੁਣ ਰਿਹਾ ਵਾਂ ਅਤੇ ਮੈਨੂੰ ਸਮਝ ਲੱਗ ਰਹੀ ਹੈ। ਨਹੀਂ ਤਾਂ ਮੇਰੀ ਇੰਨੀ ਕੋਈ ਹਸਤੀ ਨਹੀਂ ਵੀ ਮੈਂ ਐਡੀ ਵੱਡੀ ਹਸਤੀ ਦੀ ਗੱਲ ਸਮਝ ਸਕਾਂ। ਹਾਂ ਇਹ ਜ਼ਰੂਰ ਹੈ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤੀ ਜ਼ਰੂਰ ਹੈ, ਇਹ ਸਾਨੂੰ ਮਾਣ ਆ ਇਸ ਚੀਜ਼ 'ਤੇ। ਅਤੇ ਕਿਉਂਕਿ ਦਰਬਾਰ, ਮੈਂ ਸਪੀਚ ਲੱਸਿਆ ਇਸ ਦਰਬਾਰ ਵਾਸਤੇ, ਅਤੇ ਜਦੋਂ ਹੀ ਹਰੇਕ ਸਾਲ ਆਉਂਦਾ ਅਤੇ ਉਦੋਂ ਮਾਨ ਸਾਹਿਬ ਸਾਡੇ ਨਾਲ ਹੁੰਦੇ, ਅਸੀਂ ਇਕੱਠੇ ਹੁੰਦੇ ਹਾਂ, ਪ੍ਰੋਗਰਾਮ ਲਾਉਂਦੇ ਹਾਂ ਅਤੇ ਇਹ ਦੱਸ ਦਿੰਦੇ ਆ ਵੀ ਸਰਕਾਰਾਂ ਦਾ ਮੇਲਾ ਆ ਗਿਆ, ਸਾਨੂੰ ਨਾਲੇ ਚਾਹ ਚੜ੍ਹ ਜਾਂਦਾ ਵਾ। ਇੱਥੇ ਕੋਈ ਵੀ ਬੰਦਾ ਕੋਈ ਪੈਸੇ ਦੀ ਮੰਗ ਕਰਕੇ ਨਹੀਂ ਆਉਂਦਾ ਅਤੇ ਨਾ ਹੀ ਕਦੀ ਆ ਸਕਦਾ। ਪੈਸਾ ਰੋਜ਼ੀ ਰੋਟੀ ਠੀਕ ਹੈ, ਸਾਰਾ ਕੁਛ ਸਾਰਿਆਂ ਦੇ ਢਿੱਡ ਲੱਗੇ ਨੇ, ਪਰ ਇਹ ਕੋਈ ਕਮੀ ਨਹੀਂ ਛੱਡਦੇ ਆਏ ਹੋਏ ਨੂੰ, ਇਹ ਕਮੀ ਨਹੀਂ ਛੱਡਦੇ। ਮਜ਼ੀਸ਼ਨਾਂ ਦੇ ਪੈਸੇ ਪੂਰੇ ਹੁੰਦੇ ਹੀ ਹੁੰਦੇ ਆ ਅਤੇ ਨਾਲ ਕਲਾਕਾਰ ਦੁਆਵਾਂ ਵੀ ਲੈ ਕੇ ਜਾਂਦਾ ਇਹਨਾਂ ਤੋਂ ਜੋ ਅੱਗੇ ਅਗਲੇ ਦੇ ਕੰਮ ਆਉਂਦੀਆਂ ਨੇ। ਇੱਕ ਵਾਰੀ ਦਰਬਾਰ ਦੇ ਨਾਂ 'ਤੇ ਖੁੱਲ੍ਹ ਕੇ ਦਾੜੀ ਮਾਰੋ ਜਰਾ ਹਮਸ ਬਾਈ। ਨੈਕਸਟ ਟਾਈਮ ਤੁਸੀਂ ਮੈਨੂੰ ਖੁਦ ਡੇਟ ਪੁੱਛਣੀ ਹੈ ਕਿ ਦਾਨੇਆਲ ਦਾ ਮੇਲਾ ਕਦੋਂ ਹੈ, ਪੁੱਛਣੀ ਹੈ ਤੁਸੀਂ ਮੈਨੂੰ। ਦਲੇਰ ਬਾਬ ਦੇ ਦਿਓ ਭਾਜੀ ਥੋੜ੍ਹੀ ਜਿਹੀ, ਪੱਕੇ ਆ ਤੁਸੀਂ ਹੁਣ ਇੱਥੋਂ ਦੇ ਦਲੇਰ ਬਾਬ, ਥੋੜ੍ਹੀ ਥੋੜ੍ਹੀ ਦੇ ਦਿਓ ਭਾਜੀ, ਤੁਸੀਂ ਵੀ ਦਾਨੇਆਲ ਵਾਲੇ ਇਹਨਾਂ 'ਚ ਮੋਨੀਟਰਾਂ 'ਚ ਬਾਤ ਕਰਦੇ ਹੋ। ਹਾਂਜੀ ਮੈਨੂੰ ਮੇਰੇ ਵੋਕਲ ਸੁਣੇ ਬਸ ਅਤੇ ਹਮਸਰ ਭਾਈ ਬਹੁਤ ਕਮਾਲ ਗਾ ਕੇ ਗਏ ਆ, ਮਾਸ਼ਾਅੱਲਾ ਕਮਾਲ ਹੈ ਕਮਾਲ। ਰਾਜਨ ਭਾਈ ਆਏ ਮੇਰੇ ਤੋਂ ਪਹਿਲਾਂ, ਮਾਸ਼ਾ ਬਾਈ ਗਾ ਕੇ ਗਏ ਆ, ਸਾਰਿਆਂ ਵਾਸਤੇ ਤਾੜੀਆਂ ਮਾਰੋ ਜ਼ੋਰਦਾਰ। ਅਤੇ ਮੇਰੇ ਤੋਂ ਬਾਅਦ ਸਾਡੇ ਸਰਦਾਰ ਅਲੀ ਭਾਅ ਜੀ, ਉਹ ਵੀ ਉਹਨਾਂ ਨੇ ਵੀ ਲੱਗਣਾ। ਜਿੰਨੇ ਵੀ ਆਰਟਿਸਟ ਹੈ ਸਾਰਿਆਂ ਦੀ ਕਦਰ ਕਰਿਆ ਕਰੋ, ਇੱਕ ਦੂਸਰੇ ਦੀ ਕਦਰ ਕਰਿਆ ਕਰੋ, ਇੱਕ ਦੂਸਰੇ ਦੀ ਰਿਸਪੈਕਟ ਕਰਿਆ ਕਰੋ। ਇੱਥੇ ਕਦੋਂ ਪਤਾ ਨਹੀਂ ਪਟਾਕਾ ਕਦੋਂ ਪੈ ਜਾਣਾ, ਕਦੋਂ ਕਿਸੇ ਨੇ ਨਿਕਲ ਜਾਣਾ, ਕਦੋਂ ਨੂੰ ਚੱਲ ਜਾਣਾ ਕਿਸੇ ਨੇ, ਕੁਛ ਨਹੀਂ ਪਤਾ ਉਹਨੇ ਕਦੋਂ ਚੱਕ ਲੈਣਾ। ਪਿਆਰ ਮੁਹੱਬਤ ਬਸ, ਹਜ਼ੂਰ ਨੇ ਵੀ ਇਹੀ ਦੱਸਿਆ। ਅਤੇ ਮੈਂ ਸ਼ੁਰੂ ਕਰਾਂ, ਇੱਕ ਤਾੜੀ ਜ਼ੋਰਦਾਰ ਮਾਰੋ ਮੇਰੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਵਾਸਤੇ, ਜਿਹਨਾਂ ਕਰਕੇ ਮੈਨੂੰ ਗਾਉਣ ਦਾ ਸ਼ੌਂਕ ਪਿਆ। ਉਹਨਾਂ ਤੋਂ ਬਾਅਦ ਇੱਕ ਜ਼ੋਰਦਾਰ ਤਾੜੀ ਮਾਰੋ ਜਿਹਨਾਂ ਕਰਕੇ ਮੇਰੇ ਗਾਣੇ ਆਏ ਆ, ਵੱਡੇ ਭਾਈ ਗੈਰੀ ਸੰਧੂ ਬਾਈ ਜੀ ਵਾਸਤੇ ਤਾੜੀ ਜ਼ੋਰਦਾਰ ਮਾਰ ਦਿਓ। ਅਤੇ ਮੇਰੀ ਟੀਮ ਵਾਸਤੇ ਮੇਰਾ ਛੋਟਾ ਭਰਾ ਮੰਗੀ, ਇਹਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਯਾਰ, ਬਹੁਤ ਅੱਛਾ ਗਾ ਕੇ ਗਿਆ ਮਾਸ਼ਾਅੱਲਾ, ਇਹ ਹਮੇਸ਼ਾ ਆਲਵੇਜ਼ ਵਧੀਆ ਕੰਮ ਕਰਦਾ। ਅਤੇ ਮੇਰੇ ਪਡਾਲਾਂ ਵਾਲਿਆਂ ਵਾਸਤੇ, ਸਰਪੰਚ ਸਾਹਿਬ ਸੋਨੀ ਸਾਹਿਬ ਜਿੰਨੇ ਵੀ ਆ ਮੇਰੇ ਪਿੰਡ ਪੰਡਾਲ ਦੋਨਾਂ ਵਾਲਿਆਂ ਵਾਸਤੇ, ਤਾੜੀ ਜ਼ੋਰਦਾਰ ਮਾਰ ਦਿਓ ਯਾਰ। ਬੰਦਾ ਜਿੱਥੇ ਵੀ ਚਲ ਜਾਵੇ ਜਿੱਥੇ ਵੀ ਰਹੇ, ਪਰ ਉਹਨੂੰ ਆਪਣਾ ਪਿੰਡ ਨਹੀਂ ਭੁੱਲਣਾ ਚਾਹੀਦਾ, ਕਦੀ ਵੀ ਪਿੰਡ ਦੇ ਨਾਲ ਉਹਦੀਆਂ ਜੜ੍ਹਾਂ ਹੁੰਦੀਆਂ ਨੇ। ਸੋ ਇਸ ਕਰਕੇ ਮੀਂਹ ਜ਼ਿਆਦਾ ਆਵੇ ਮੈਂ ਸ਼ੁਰੂ ਕਰਾਂ, ਅੱਲਾ ਮਾਫ ਕਰੇ। ਸਭ ਤੋਂ ਪਹਿਲਾਂ ਅੱਲਾ ਦਾ ਕਲਾਮ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਵਾਲੀ, ਕਿਹਨੇ ਕਿਹਨੇ ਸੁਣੀ ਹੈ ਕਵਾਲੀ, ਅੱਲਾਹੂ ਅੱਲਾਹੂ ਅੱਲਾਹੂ, ਕਿਆ ਬਾਤ ਹੈ।
ਉਹ ਤੁਹਾਡੇ ਸਾਹਮਣੇ ਪੇਸ਼ ਕਰਦਾ।